ਚਿੱਟਾ ਹੈਬਿਟ ਜਿਹੜਾ ਹੈ, ਇਹ ਇੱਕ ਬੜਾ ਫਤਹਮੰਦੀ ਦਾ ਨਿਸ਼ਾਨ ਹੈ। ਇਹ ਉਸ ਸ਼ਖਸ ਨੂੰ ਦਿੱਤਾ ਜਾਂਦਾ ਹੈ ਜਿਹੜਾ ਕਲੀਸੀਆ ਦਾ ਚਲਾਨ ਵਾਲਾ ਹੈ, ਕੋਈ ਭੇਡਾਂ ਨੂੰ ਬਚਾਉਣ ਵਾਲਾ ਹੈ, ਜ਼ਖਮੀ ਜਿਹੜੀਆਂ ਭੇਡਾਂ ਨੇ ਉਹਨਾਂ ਦੀ ਬਲਮ ਪੱਟੀ ਕਰਨ ਵਾਲਾ ਹੈ। ਅਤੇ ਅਗਰ ਜਿਹੜਾ ਚਰਵਾਹਾ ਹੈ, ਅਗਰ ਉਹ ਭੇਡਾਂ ਨੂੰ ਖਾਣ ਲੱਗ ਪਏ, ਅਗਰ ਜਿਹੜਾ ਚਰਵਾਹਾ ਹੈ ਉਹ ਭੇਡਾਂ ਨੂੰ ਜ਼ਰਬਾਂ ਲਗਾਉਣ ਲੱਗ ਪਏ, ਤਾਂ ਫਿਰ ਜਿਹੜਾ ਚਰਵਾਹਾ ਹੈ ਉਹਨੂੰ ਖਤਮ ਕੀਤਾ ਜਾਂਦਾ ਹੈ, ਉਹ ਚਰਵਾਹੇ ਨੂੰ ਬਦਲਿਆ ਜਾਂਦਾ ਹੈ, ਤਾਂ ਕਿ ਜਿਹੜੀਆਂ ਉਹ ਭੇਡਾਂ ਨੇ ਉਹ ਅੱਛੀ ਤਰ੍ਹਾਂ ਚਰਨ ਅਤੇ ਆਪਣਾ ਚਾਰਾ ਖਾਣ ਰੂਹਾਨੀ ਅਤੇ ਵਧਣ। ਰਹੀ ਗੱਲ ਫਾਦਰ ਥਾਮਸ ਦੀ, ਜਿਹਨੇ ਇਹ ਸਾਰਾ ਕੰਮ ਕੀਤਾ ਹੈ, ਅਤੇ ਨਾਲ ਉਹਨਾਂ ਨੇ ਬਿਸ਼ਪ ਸਾਹਿਬ ਨੂੰ, ਜਿਵੇਂ ਦੋਸਤ ਨੇ ਗੱਲ ਕੀਤੀ ਕਿ ਉਹਨੇ ਉੱਥੋਂ ਆਪਣਾ ਹੈਬਿਟ ਫਾੜਿਆ ਹੈ, ਲੋਕ ਇਸ ਹੈਬਿਟ ਨੂੰ ਹਾਸਿਲ ਕਰਨ ਲਈ, ਕਿਉਂਕਿ ਮੈਂ ਵੇਖਿਆ ਹੈ ਕਿ ਇਸ ਹੈਬਿਟ ਨੂੰ ਹਾਸਿਲ ਕਰਨ ਲਈ ਲੋਕ ਕਿੰਨੀ ਤਦੋਦੋ ਕਰਦੇ ਨੇ, ਇੰਨੀ ਤਾਲੀਮ ਹਾਸਿਲ ਕਰਦੇ ਨੇ, ਅਤੇ ਇੱਕ ਪਾਕ ਲਿਬਾਸ ਜਿਹਨੂੰ ਮਸਾ ਕੀਤਾ ਹੋਇਆ ਲਿਬਾਸ ਉਹਨੂੰ ਫਾੜਨਾ, ਮੈਂ ਸਮਝਦਾ ਵਾਂ ਕਿ ਇਹ ਵੀ ਇੱਕ ਜ਼ੁਲਮ ਹੈ। ਅੱਜ ਅਸੀਂ ਸਾਰਿਆਂ ਨੇ ਫੈਸਲਾ ਕਰਨਾ ਹੈ, ਨਾ ਸਿਰਫ ਕੈਥੋਲਿਕ ਮਿਸ਼ਨ ਦੇ ਵਿੱਚ, ਬਲਕਿ ਮੈਂ ਕਹਿੰਦਾ ਵਾਂ ਪ੍ਰੈਸਬਿਟੇਰੀਅਨ, ਅਤੇ ਉਸ ਤੋਂ ਬਾਅਦ ਸੈਲਵੇਸ਼ਨ ਆਰਮੀ, ਅਤੇ ਸਾਰੀਆਂ ਮਿਸ਼ਨਾਂ ਦੇ ਅੰਦਰ ਜਿਹੜੀਆਂ ਐਸੀਆਂ ਭੇਡਾਂ ਨੇ ਜਿਹੜੀਆਂ ਚਰਚ ਨੂੰ ਜ਼ਰਬ ਲਗਾਉਣ ਡੀਆਂ ਨੇ, ਜਿਹੜੀਆਂ ਚਰਚ ਨੂੰ ਖੋਖਲਾ ਕਰਨ ਡੀਆਂ ਨੇ, ਜਿਹੜੀਆਂ ਸਾਡੇ ਨਾਵਾਂ 'ਤੇ ਇਹ ਸਾਰਾ ਕੁਛ ਕਰ ਰਹੀਆਂ ਨੇ, ਚਰਚ ਨੇ ਇਹਨਾਂ ਨੂੰ ਵੇਖਣਾ ਹੈ। ਮੈਂ ਇਸ ਮੀਟਿੰਗ ਲਈ ਮੁਬਾਰਕਬਾਦ ਪੇਸ਼ ਕਰਨਾ ਵਾਂ ਲਾਲੇ ਰੋਬਨ ਨੂੰ, ਮੈਂ ਮੁਬਾਰਕਬਾਦ ਪੇਸ਼ ਕਰਨਾ ਵਾਂ ਤੁਹਾਨੂੰ ਸਾਰਿਆਂ ਨੂੰ ਕਿ ਅੱਜ ਤੁਸੀਂ ਇਸ ਗੱਲ ਲਈ ਇਨੀਸ਼ੀਏਟਿਵ ਲਿਆ, ਅਤੇ ਜਨਾਬ ਸਮਾਜੀ ਵਰਕਰ ਜਿਹੜੇ ਹਰ ਵਕਤ ਕ੍ਰਿਸ਼ਨ ਟਾਊਨ ਦੀ ਆਵਾਜ਼ ਬਣਦੇ ਨੇ, ਜਨਾਬ ਪਰਵੇਜ਼ ਪੱਟੀ ਸਾਹਿਬ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਕਿ ਅੱਜ ਅਸੀਂ ਬਿਸ਼ਪ ਸਾਹਿਬ ਦੀ ਇੱਜ਼ਤ ਨੂੰ ਵੀ ਮਹਿਫੂਜ਼ ਰੱਖੀਏ, ਕਿਉਂਕਿ ਇਹ ਸਾਡਾ ਵਤੀਰਾ ਨਹੀਂ ਸੀ ਕਿ ਅਗਰ ਐਸੇ ਲੋਕ ਸਾਡੇ 'ਚ ਸ਼ਾਮਿਲ ਹੋਣ, ਕਿਉਂਕਿ ਅਸੀਂ ਕਮਿਊਨਿਟੀ 'ਚ, ਲੋਕਾਂ 'ਚ, ਦੁਨੀਆਂ 'ਚ ਸਮਝਿਆ ਜਾਂਦਾ ਹੈ ਕਿ ਜਿਹੜੇ ਕੈਥੋਲਿਕ ਪ੍ਰੀਸਟ ਨੇ, ਜਿਹੜੇ ਪਾਦਰੀ ਨੇ, ਉਹਨਾਂ ਦੇ ਹੱਥੋਂ ਕਿਸੇ ਸ਼ਖਸ ਨੂੰ ਵੀ ਨੁਕਸਾਨ ਨਹੀਂ। ਲੇਕਿਨ ਇਹ ਤਾਰੀਖ ਬਦਲੀ ਜਾ ਰਹੀ ਹੈ, ਇਸ ਤਾਰੀਖ ਨੂੰ ਅਸੀਂ ਰੋਕਣਾ ਵੇ, ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਤਾਲੀਮੋ ਤਰਬੀਅਤ ਦੇਣੀ ਹੈ ਕਿ ਐਸੀਆਂ ਭੇਡਾਂ ਨੂੰ ਵੇਖਿਆ ਜਾਏ, ਐਸੇ ਚਰਵਾਹਿਆਂ ਨੂੰ ਵੇਖਿਆ ਜਾਏ ਜਿਹੜੇ ਚਰਚ ਨੂੰ ਖਰਾਬ ਕਰਦੇ ਨੇ। ਮੈਂ ਕਹਿੰਦਾ ਵਾਂ ਕਿ ਇਹਦੇ 'ਚ ਹਰ ਉਹ ਸ਼ਖਸ ਸ਼ਾਮਿਲ ਹੋਏ, ਨਾ ਸਿਰਫ ਫਾਦਰ ਬਲਕਿ ਸਿਸਟਰਾਂ, ਉਸ ਤੋਂ ਬਾਅਦ ਬਿਸ਼ਪ ਸਾਹਿਬਾਨ, ਉਸ ਤੋਂ ਬਾਅਦ ਪਾਦਰੀ, ਹਰ ਉਹ ਸ਼ਖਸ ਜਿਹੜਾ ਚਰਚ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਹਦਾ ਚਰਚ ਨਾਲ ਕੋਈ ਤਾਲੁਕ ਨਹੀਂ, ਉਹਦਾ ਕਲੀਸੀਆ ਨਾਲ ਕੋਈ ਤਾਲੁਕ ਨਹੀਂ, ਉਹਦਾ ਕਿਸੇ ਸਕੂਲ ਨਾਲ ਕੋਈ ਤਾਲੁਕ ਨਹੀਂ, ਬਲਕਿ ਅਸੀਂ ਇਹਨਾਂ ਸਾਰਿਆਂ ਨੂੰ ਵੇਖਣਾ ਹੈ, ਅਤੇ ਐਸੀ ਟੀਮ ਤਸ਼ਕੀਲ ਦਿੱਤੀ ਜਾਏ ਜਿਹੜੀ ਚਰਚ ਨੂੰ ਮਹਿਫੂਜ਼ ਕਰੇ। ਬਹੁਤ ਸ਼ੁਕਰੀਆ ਜੀ।